ਅੱਜ ਪ੍ਰਤਾਪ ਸਿੰਘ ਬਾਜਵਾ ਹਲਕਾ ਪਟਿਆਲਾ ਵਿਖੇ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਬਣਾਏ ਗਏ ਕਾਂਗਰਸ ਪਾਰਟੀ ਦੇ ਦਫ਼ਤਰ ਦਾ ਮਹੂਰਤ ਕਰਨ ਪਹੁੰਚੇ, ਜਿੱਥੇ ਉਹਨਾਂ ਪਾਰਟੀ ਅਤੇ ਉਮੀਦਵਾਰ ਧਰਮਵੀਰ ਗਾਂਧੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਵੱਡੀਆਂ ਰੈਲੀਆਂ ਜਾਂ ਜਲੂਸ ਕੱਢਣ ਦੀ ਲੋੜ ਨਹੀਂ ਹੈ, ਸਗੋਂ ਆਮ ਲੋਕ ਖੁਦ ਉਹਨਾਂ ਦੀਆਂ ਛੋਟੀਆਂ ਛੋਟੀਆਂ ਮੀਟਿੰਗਾਂ ਦੇ ਵਿੱਚ ਪਹੁੰਚ ਕੇ ਉਹਨਾਂ ਦਾ ਹੌਸਲਾ ਵਧਾ ਰਹੇ ਨੇ। ਉਹਨਾਂ ਨੇ ਦਲਵੀਰ ਗੋਲਡੀ ਦੇ ਮਾਮਲੇ ਦੇ ਵਿੱਚ ਆਪਣੀ ਪਾਰਟੀ ਤੋਂ ਬਗਾਵਤ ਕਰਨ ਵਾਲੇ ਲੋਕਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਕਿਹਾ ਕਿ ਪਾਰਟੀ ਨੇ ਇੱਕ ਆਮ ਨੌਜਵਾਨ ਵਰਕਰ ਨੂੰ ਚੁੱਕ ਕੇ 2 ਵਾਰ ਵਿਧਾਇਕ ਬਣਾਇਆ ਪਰ ਫਿਰ ਵੀ ਉਹ ਪਾਰਟੀ ਪ੍ਰਤੀ ਇਮਾਨਦਾਰ ਨਹੀਂ ਰਹਿ ਸਕੇ। ਇਸ ਦੇ ਨਾਲ ਹੀ ਰਵਨੀਤ ਬਿੱਟੂ ਉੱਤੇ ਚੁਟਕੀ ਲੈਂਦਿਆਂ ਹੋਇਆਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਰਵਨੀਤ ਬਿੱਟੂ ਦੇ ਪਰਿਵਾਰ ਨੂੰ ਸਭ ਕੁਛ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਖੱਚਰਾਂ ਦੀ ਨਹੀਂ ਅਰਬੀ ਘੋੜਿਆਂ ਦੀ ਲੋੜ ਹੈ। ਹੋਰ ਕੀ ਕੁਛ ਕਿਹਾ ਸੁਣ ਲੈਂਦੇ ਹਾਂ। ਕਾਫਲਾ ਬੰਦੇ ਬੰਦੇ ਦਾ ਫਰਕ ਹੁੰਦਾ ਕਰਦਾ, ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ, ਦੇਸੀ ਖੱਚਰਾਂ ਦੀ ਗਿਣਤੀ ਘੱਟ ਗਈ। ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁਟਕਲ ਮਾਲ ਬਾਹਰ ਜਾ ਰਿਹਾ। ਜਿਹੜੇ ਬੰਦੇ ਆਈਡੀਓਲੋਜੀ ਨਾਲ ਕਮਿਟਡ ਨਹੀਂ ਨੇ, ਜਿਨ੍ਹਾਂ ਦੀ ਆਈਡੀਓਲੋਜੀ ਹੈ ਕਿ ਸਿਕਿਉਰਿਟੀ ਰੱਖਣੀ, ਜਿਨ੍ਹਾਂ ਨੇ ਆਪਣੀ ਜ਼ਮੀਰ ਵਿੱਚ ਹੀ, ਮੈਂ ਤੁਸੀਂ ਬਿੱਟੂ ਨਾਲ ਹੀ ਗੱਲ ਕਰ ਲਈ ਹੈ, ਸਰਦਾਰ ਮਹਿਰੂਮ ਸਾਹਿਬ ਬੇਅੰਤ ਸਿੰਘ ਦਾ ਪੋਤਰਾ ਹੋਏ, ਸਾਹਿਬ ਬੇਅੰਤ ਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਲੁਧਿਆਣੇ ਤੋਂ ਦਿੱਤੀ, ਇਹਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ ਚ ਮੰਤਰੀ ਰੱਖਿਆ, ਇਹਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ, ਇਹਨਾਂ ਦੇ ਚਚੇਰੇ ਭਰਾ ਨੂੰ ਉਸਦਾ ਗੁਰਕੀਰਤ ਸਿੰਘ ਹੁਣ ਵੀ ਮਿਨਿਸਟਰ ਰੱਖਿਆ, 3 ਟਰਮਾਂ ਇਸ ਨਿਖੇਧ ਐਮ ਪੀ ਨੂੰ ਮੌਕਾ ਦਿੱਤਾ ਸਾਹਿਬ ਬੇਅੰਤ ਸਿੰਘ ਦੇ ਨਾਲ, ਇਹਦੇ ਛੋਟੇ ਭਰਾ ਨੂੰ DSP ਭਰਤੀ ਕੀਤਾ। ਹੁਣ ਇਸ ਤੋਂ ਵੱਧ ਦੱਸ ਦਿਓ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ। ਜੇ ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪਿੱਠ ਛੁਰਾ ਮਾਰ ਕੇ ਜਾਂਦੇ ਨੇ, ਤਾਂ ਮੈਂ ਸਾਹਮਣੇ ਇਹੋ ਜਿਹਾ ਗੰਦ ਕਾਂਗਰਸ ਚੋਂ ਜਿਹੜਾ ਨਿਕਲ ਰਿਹਾ, ਜਿਹਨਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ, ਜਿਹਨਾਂ ਦੀ ਕਮਿਟਮੈਂਟ, ਮੈਂ ਅਕਸਰ ਸੁਣਨਾ ਮੇਰੀ ਸੀਟ ਖੋਲੀ, ਉਹ ਸੀਟ ਤੇ ਜਮਾਤਾਂ ਦੀ ਹੁੰਦੀ, ਪਾਰਟੀਆਂ ਦੀ ਹੁੰਦੀ, ਇਹ ਤੁਹਾਡੀ ਕੋਈ ਜੱਦੀ ਜਾਇਦਾਦ ਥੋੜਾ। ਤੁਸੀਂ ਕਹਿੰਦੇ ਮੇਰੀ ਸੀਟ ਖੋਲੀ, ਫੇਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ। ਤੋ ਇਸ ਗੱਲ ਕਾਰਨ ਜਿਹਨਾਂ ਦੀ ਆਈਡੀਓਲੋਜੀ ਦੇਸ਼ ਨੂੰ ਬਚਾਉਣ ਦੀ, ਜਿਹਨਾਂ ਦੀ ਆਈਡੀਓਲੋਜੀ ਪੰਜਾਬ ਪਿੱਛੇ ਲੜਾਈ ਲੜਨ ਦੀ, ਉਹ ਤੇ ਰਹਿਣਗੇ ਕਾਂਗਰਸ। ਜਿਹਨਾਂ ਨੇ ਸੌਦੇ ਕਰਨੇ ਨੇ, ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹੁੰਦਾ, ਦਲਵੀਰ ਸਿੰਘ ਗੋਲਡੀ ਇੱਕ ਨੌਜਵਾਨ ਯੂਨੀਵਰਸਿਟੀ ਚ ਉੱਠਿਆ, ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਸੀ, ਕਾਂਗਰਸ ਨੇ 2 ਵਾਰ ਉਹਨੂੰ MLA ਦੀ ਟਿਕਟ ਦਿੱਤੀ, MLA ਬਣਾਇਆ, ਕੀ ਇਹ ਕਾਂਗਰਸ ਦਾ ਕਸੂਰ ਹੈ ਜੀ? ਐਤਕੀ ਜੀ MP ਦੀ ਸੀਟ ਨਹੀਂ ਦਿੱਤੀ, ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ, ਸੋ ਦੈਟ ਪੰਜਾਬ ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪ ਨਾਲ ਲੜਾਈ ਲੜਨ ਵਾਸਤੇ। 10 ਦਿਨ ਲਗਾਤਾਰ ਦਲਵੀਰ ਗੋਲਡੀ ਸਾਹਿਬ ਕਾਂਗਰਸ ਦੀ ਕੰਪੇਨ ਦੇ ਵਿੱਚ, ਆਗਾਜ਼ ਵੀ ਸਾਹਿਬ ਸੁਖਪਾਲ ਸਿੰਘ ਖਹਿਰੇ ਦੀ ਕੰਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ, 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋ ਦਮ ਕਿਹੜਾ ਨਵਾਂ ਰਸਤਾ ਲੱਭਿਆ ਸੀ? ਰਸਤਾ ਇਹ ਹੈ, ਭਗਵੰਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਸਰਕਾਰਾਂ ਦੇ ਵਿੱਚ ਦੇਣ ਨੂੰ ਬੜਾ ਕੁਝ ਹੁੰਦਾ, ਜਿਹੜੇ ਲੋਕ ਦਿਆਨਤਦਾਰ ਨੇ, ਕਿਸੇ ਆਈਡੀਓਲੋਜੀ ਤੇ ਖਲੋਤੇ ਨੇ, ਉਹ ਕਦੀ ਸੌਦੇ ਨਹੀਂ ਕਰਦੇ, ਕਮਜ਼ੋਰ ਬੰਦੇ ਮੌਕੇ ਸਿਰ ਸੌਦੇ ਕਰਦੇ ਨੇ। ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ, ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ।
ਕਿ ਤੂੰ ਮੀਤ ਹੇਅਰ ਦੀ ਮਦਦ ਕਰ, ਇਹ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ MLA ਖੜਾ ਕਰਾਂਗੇ, ਤੈਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ। ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਜਾਏਗੀ। ਅਜੇ ਤੇ ਇਹ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡੀਏ ਤੇ ਜਾਣਾ ਕਿਤੇ ਨਹੀਂ, ਜੇ ਜਾਣਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ? ਪਾਰਟੀ ਦਾ ਕਸੂਰ ਦੱਸੋ ਕੀ ਹੈ? ਤੋ ਆ ਬਾਕੀਆਂ ਦਾ ਵੀ ਤੁਸੀਂ ਨਾਂ ਲਿਆ, ਤੁਸੀਂ ਕੈਪਟਨ ਦੀ ਗੱਲ ਕਰੀ ਜਾਂਦੇ ਹੋ ਜਿਹਨੂੰ 10 ਸਾਲ ਲਗਾਤਾਰ ਮੁੱਖ ਮੰਤਰੀ ਰੱਖਿਆ ਹੋਇਆ, ਤੇ ਪ੍ਰਨੀਤ ਕੌਰ ਜੀ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ, ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ, ਮਾਣ ਕਰਨਾ, ਮੇਰੇ ਨਾਲ ਰਹੇ, ਮੇਰੇ ਕੁਲੀਗ ਰਹੇ ਨੇ। ਮੋਦੀ ਦੇ ਹੱਥਾਂ ਦੇ ਵਿੱਚ ਜੋ ਕੁਛ ਰੱਖਿਆ ਤੇ ਉਹ ਤਾਂ ਨਜ਼ਰ ਆ ਹੀ ਰਿਹਾ। ਇਹ ਜ਼ਰੂਰ ਹੈ ਕਿ ਕੈਪਟਨ ਸਾਹਿਬ ਤੇ ਪ੍ਰਨੀਤ ਕੌਰ ਜੀ ਦੇ ਜਿਹੜੇ ਕੇਸ ਬਣੇ ਸੀ ਉਹ ਕਿਉਂਕਿ ਉਹਨਾਂ ਦੇ ਹੱਥ ਵਿੱਚ ਨੇ, ਇਹਨਾਂ ਨੂੰ ਸੁਰੱਖਿਆ ਇਸ ਗੱਲ ਦੀ ਪੱਕੀ ਮਿਲਦੀ। ਜਿਹੜਾ ਜਕਰੰਦਾ ਟਰੱਸਟ ਵਾਲਾ ਕੇਸ ਹੈ, ਜਿਹੜਾ ED ਇਹਨਾਂ ਦੇ ਅਗੇਂਸਟ ਕਾਰਵਾਈ ਕਰ ਰਹੀ ਸੀ, ਉਹ ਸਾਰਾ ਮੋਦੀ ਸਾਹਿਬ ਦੇ ਹੱਥ 'ਚ, ਤੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਹੋਣਗੇ ਤੇ ਤਾਂ ਹੀ ਇਹਨਾਂ ਦੀ ਜਾਨ ਛੁੱਟੇਗੀ। ਗੱਲ ਇੰਨੀ ਹੁਣ ਪਟਿਆਲੇ ਦੇ ਲੋਕਾਂ ਨੇ ਆਪਣੇ ਕੰਮ ਕਰਾਉਣੇ ਕਿ ਇਹਨਾਂ ਦੀ ਜਾਨ ਛੱਡਾਣੀ, ਇਹ ਫੈਸਲਾ ਹੁਣ ਲੋਕਾਂ ਨੇ ਪੰਜਾਬ ਵਾਲਿਆਂ ਨੇ ਕਰਨਾ। ਛੋਟੇ ਵੀਰ ਉਹਨਾਂ ਨੇ ਖੁਦ ਮਾਫ਼ੀ ਮੰਗ ਲਈ, ਇਹ ਬਿਆਨ ਵਾਪਸ ਲੈ ਲਿਆ, ਤੋ ਉਹਨਾਂ ਦੀ ਕਲੈਰੀਫਿਕੇਸ਼ਨ ਉਹਨੇ ਆਪ ਦੇ ਦਿੱਤੀ, ਮੈਨੂੰ ਉਹਦੇ ਤੇ ਕਲੈਰੀਫਿਕੇਸ਼ਨ ਦੇਣ ਦੀ ਲੋੜ। ਮੈਂ ਕਦੋਂ ਮੁੱਕ ਰਿਹਾ ਜੀ, ਮੈਂ ਕਦੋਂ ਮੁੱਕ ਰਿਹਾ? ਤੁਸੀਂ ਫਿਕਰ ਕਿਉਂ ਕਰਦੇ ਹੋ, ਇਹਦੇ ਕਾਹਲੇ ਕਿਉਂ? ਮੈਂ ਕਿਤੇ ਨੀ ਛੱਡਣ ਲੱਗਾ ਸਿਆਸਤ, ਇਹਨੂੰ ਇਹਨੂੰ ਨਿਹੰਗ ਦੇ ਬਾਟੇ ਵਰਗਾ ਮਾਂਜ ਕੇ ਆਵਾਂਗੇ। ਮੈਂ ਉਸ ਬਿਆਨ ਤੇ ਬਿਲਕੁਲ ਡਟ ਕੇ ਖਲੋਤਾ, ਇਹਨੂੰ ਬਕਾਇਦਾ ਤੌਰ ਇਸ ਗਦਾਰ ਨੂੰ ਸਬਕ ਸਿਖਾਣਗੇ ਲੁਧਿਆਣੇ ਦੇ ਲੋਕ। ਆਪਣੇ ਦਾਦੇ ਦੀ ਜਿਸ ਨੇ ਪੰਜਾਬ ਵਾਸਤੇ ਲੜਾਈ ਲੜੀ, ਕਾਂਗਰਸ ਦਾ ਮੁੱਖ ਮੰਤਰੀ ਸੀ, ਉਹਦੀ ਭਾਜਪਾ ਦੇ ਪੋਸਟਰ ਤੇ ਫੋਟੋ ਲਵਾਉਣੀ, ਇਸ ਤੋਂ ਵੱਡੀ ਤੁਹੀਨ ਕੁਛ ਸਾਹਿਬ ਬੇਅੰਤ ਸਿੰਘ ਦੀ ਕਰਨੀ ਸੀ ਸਰ? ਇਸੇ ਗੱਲ ਕਾਰਨ ਮੈਂ ਫੈਸਲਾ ਕੀਤਾ, ਦੋਵਾਂ ਦਿਨਾਂ ਬਾਅਦ ਘਰ ਮੈਂ ਕਿਰਾਏ ਤੇ ਲੱਭ ਰਿਹਾ, ਕਿਰਾਏ ਤੇ ਘਰ ਲੱਭਾਂਗਾ, ਮੈਂ ਸਾਰੇ ਪੰਜਾਬ ਦੀ ਕੰਪੇਨ ਉੱਥੋਂ ਚਲਾਵਾਂਗਾ, ਉੱਥੇ ਅਸੀਂ ਮੋਰਚਾ ਕੱਢਾਂਗੇ, ਇਹਦਾ ਮੋਰਚਾ ਪੁੱਟ ਕੇ ਉਦਣ ਹੀ ਫਿਰ ਘਰ ਛੱਡ ਕੇ ਉੱਥੋਂ ਵਾਪਸ ਆਵਾਂਗੇ। ਨਹੀਂ ਮੇਰੀ ਸੁਣੋ, ਜਿੰਨੇ ਕਾਂਗਰਸ ਦੇ ਗਦਾਰ ਨੇ ਉਹਨਾਂ ਵੱਲ ਸਪੈਸ਼ਲ ਪ੍ਰਤਾਪ ਸਿੰਘ ਬਾਜਵਾ ਦਾ ਧਿਆਨ ਹੈ, ਤੇ ਤਾਂ ਹੀ ਪਹਿਲੇ ਦਿਨ ਹੀ ਮੈਂ ਪ੍ਰਨੀਤ ਕੌਰ ਦੇ ਹਲਕੇ ਜਾ ਫਿਰ ਬਿੱਟੂ ਤੇ ਚੱਲਿਆ। ਉਹਦਾ ਕਹਿਣ ਦਾ ਮਕਸਦ ਸੀ ਕਿ ਉੱਥੇ ਤੇ ਲਾਵਾਂਗੇ ਡੇਰੇ, ਲੁਧਿਆਣੇ ਤੋਂ ਸਾਰਾ ਪੰਜਾਬ ਚ ਚੱਕਰ ਲਾਉਣਾ ਵੀ ਸੌਖਾ ਹੋ ਜਾਣਾ, ਤੁਸੀਂ ਸਮਝਦੇ ਹੋ। ਦੂਜੀ ਗੱਲ ਹੈ ਕਿ ਜਦੋਂ ਕਾਂਗਰਸ ਦਾ CLP ਦਾ ਲੀਡਰ ਜਾ ਕੇ ਉੱਥੇ ਡੇਰਾ ਲਾਏਗਾ, ਲੋਕਾਂ ਨੂੰ ਵੀ ਸਮਝ ਆਏਗੀ ਕਿ ਗਹਿ ਗੱਚ ਲੜਾਈ ਲੜਨ ਵਾਸਤੇ ਆਏ ਨੇ, ਬਕਾਇਦਾ ਤੌਰ ਇਹਦਾ ਮਾਂਜਾ ਲਾ ਕੇ ਫਿਰ ਵਾਪਸ ਜਾਣਗੇ। ਜਿਹੜੇ ਜਿਹੜੇ ਬੰਦਿਆਂ ਨੇ ਪੰਜਾਬ ਨਾਲ ਗਦਾਰੀ ਕੀਤੀ ਤੇ ਕਾਂਗਰਸ ਨਾਲ ਵਿਸ਼ੇਸ਼ ਤੌਰ ਕੀਤੀ, ਉੱਥੇ ਮੇਰਾ ਵਿਸ਼ੇਸ਼ ਧਿਆਨ ਰਹੇਗਾ, ਭਾਵੇਂ ਹੁਸ਼ਿਆਰਪੁਰ ਹੋਏ, ਭਾਵੇਂ ਪਟਿਆਲਾ ਹੋਏ, ਉਹਦੇ ਵਿੱਚ ਭਾਵੇਂ ਫਤਿਹਗੜ੍ਹ ਸਾਹਿਬ ਹੋਏ ਤੇ ਭਾਵੇਂ ਲੁਧਿਆਣੇ ਵਾਲੀਆਂ 4 ਸੀਟਾਂ ਹੋਣ, ਇਹਨਾਂ ਦਾ ਤੇ ਪਹਿਲੇ ਅਸੀਂ ਕੰਮ ਕਰਾਂਗੇ ਕਰਾਂਗੇ। ਬਾਕੀਆਂ ਦੇ ਵਿੱਚ ਅਸੀਂ ਲੜਾਈ ਲੜਨੀ ਆਲਰੇਡੀ ਲੜ ਰਹੇ, ਇਹ ਸਾਡੀ ਇੱਕ ਵੱਡੀ ਇੱਕ ਲੜਾਈ ਹੈ ਦੇਸ਼ ਨੂੰ ਬਚਾਉਣ ਦੀ, ਕੋਨਸਟੀਟਿਊਸ਼ਨ ਨੂੰ ਬਚਾਉਣ ਦੀ ਜਿਹੜੀ ਲੜਾਈ ਹੈ। ਇਸੇ ਕਾਰਨ ਅਸੀਂ ਵਿਸ਼ੇਸ਼ ਤੌਰ ਤੇ ਡਾਕਟਰ ਸਾਹਿਬ ਨੂੰ ਗੁਜ਼ਾਰਿਸ਼ ਕਰਕੇ ਇਹ ਗੱਲ ਕਹੀ ਹੈ ਕਿ ਆਈਡੀਓਲੋਜੀਕਲੀ ਤੁਸੀਂ ਆਈਡੀਓਲੋਜੀ ਚ ਬਿਲੀਵ ਕਰਦੇ ਹੋ ਤਾਂ ਤੁਸੀਂ ਆਓ ਤੇ ਕਾਂਗਰਸ ਦੀ ਇੱਥੇ ਆ ਕੇ। ਮੇਰਾ ਖਿਆਲ ਸਾਨੂੰ ਕੋਈ ਰੈਲੀ ਕਰਨ ਦੀ ਲੋੜ ਨੀ ਪੈਣੀ,
ਲੋਕਾਂ ਨੇ ਹੀ ਏਡੀ ਵੱਡੀ ਰੈਲੀ ਕਰ ਦੇਣੀ ਇਹਨਾਂ ਦੇ ਆਲੇ ਦੁਆਲੇ, ਤੇ ਰੈਲੀ ਦੀ ਲੋੜ ਹੁੰਦਾ ਜੇ ਰੈਲੀਆਂ ਤੇ ਉੱਥੇ ਕਰੀ ਦੀਆਂ ਜਿੱਥੇ ਜ਼ੋਰ ਵਿਖਾਉਣ ਦੀ ਲੋੜ। ਇੱਥੇ ਤੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੈ ਤੁਹਾਡੀ ਸਾਰਿਆਂ ਦੇ।